ਪਰਮ ਪਿਤਾ ਪਰਮਾਤਮਾ ਸਾਵਣ ਕਿਰਪਾਲ ਦੇ ਚਰਨਾਂ ਦੇ ਵਿੱਚ ਨਮਸਕਾਰ ਹੈ, ਜਿਨ੍ਹਾਂ ਨੇ ਗਰੀਬ ਆਤਮਾ 'ਤੇ ਰਹਿਮ ਕੀਤਾ, ਭਗਤੀ ਦਾ ਦਾਨ ਦਿੱਤਾ ਹੈ ਔਰ ਭਗਤੀ ਕਰਨ ਦਾ ਮੌਕਾ ਦਿੱਤਾ ਹੈ। ਪਿਆਰਿਓ, ਬੜਾ ਦਰਦ ਭਰਿਆ ਸ਼ਬਦ ਹੈ। ਪਤਾ ਨਹੀਂ ਕਿੰਨੇ ਵਾਰੀ ਇਸ ਦੁਨੀਆਂ ਦੇ ਵਿੱਚ ਆਏ ਗਏ, ਕਿੰਨੇ ਬੱਚੇ ਪੈਦਾ ਕੀਤੇ, ਕਿੰਨੇ ਪਤਾ ਨਹੀਂ ਗਾਹਾਂ ਨੂੰ ਅਸੀਂ ਜਾ ਕੇ ਜਾਮੇ ਧਾਰਨੇ ਸਨ, ਪਰ ਦੁਨੀਆਂ ਦੇ ਵਿੱਚ ਆਉਣਾ ਕਿੰਨਾ ਦਾ ਮੁਬਾਰਕ ਹੈ। ਜਿਸ ਤਰ੍ਹਾਂ ਕਬੀਰ ਸਾਹਿਬ, ਨਾਨਕ, ਮੌਲਾਨਾ ਰੂਮ, ਸ਼ਮਸ ਤਬਰੇਜ਼, ਆਪਾਂ ਕਿਸ ਤਰ੍ਹਾਂ ਉਹਨਾਂ ਦੇ ਮਾਤਾ ਪਿਤਾ ਨੂੰ ਅੱਜ ਵਧਾਈਆਂ ਦਿੰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ ਪਿਆਰ ਨਾਲ ਕਿ ਉਹ ਧੰਨ ਮਾਤਾ ਸਨ ਜਿਨ੍ਹਾਂ ਨੇ ਐਸੇ ਸੂਰਮੇ ਪੁੱਤਰ ਨੂੰ ਜਨਮ ਦਿੱਤਾ, ਧੰਨ ਉਹ ਪਿਤਾ ਸਨ ਜਿਨ੍ਹਾਂ ਦੇ ਨੂਰ ਅਲਾਹੀ ਉਹ ਗ੍ਰਹਿ ਵਿੱਚ ਆ ਕੇ ਖੇਡਿਆ, ਉਹਨਾਂ ਨੂੰ ਮੌਕਾ ਮਿਲਿਆ ਉਹਦਾ ਲਾਡ ਪ੍ਰਾਪਤ ਕਰਨ ਦਾ। ਕਬੀਰ ਸਾਹਿਬ ਨੇ ਕਿਹਾ ਸੀ, ਜਨਨੀ ਜਨੇ ਤਾਂ ਭਗਤ ਜਨ, ਜਾਂ ਦਾਤਾ ਜਾਂ ਸੂਰ, ਨਹੀਂ ਤਾਂ ਜਨਨੀ ਵਾਂਝ ਰਹੇ ਕਾਹੇ ਗਵਾਏ ਨੂਰ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕਿਹਾ ਹੈ, ਧੰਨ ਧੰਨ ਜਨ ਧੰਨ ਧੰਨ, ਉਹ ਕਹਿੰਦੇ ਧੰਨ ਉਹ ਕੋਲ ਹੈ, ਧੰਨ ਉਹ ਜਨਨੀ ਹੈ, ਧੰਨ ਉਹ ਸਤਿਗੁਰੂ ਹੈ ਜਿਹਨੇ ਵਿਸ਼ੇ ਬਕਾਰਾਂ ਨੂੰ ਲੱਤ ਮਾਰ ਕੇ ਇੱਥੇ ਆ ਕੇ ਪ੍ਰਭੂ ਦੀ ਭਗਤੀ ਪੈਦਾ ਕੀਤੀ ਔਰ ਹੋਰਾਂ ਲੋਕਾਂ ਨੂੰ ਵੀ ਉਹ ਪਰਮਾਤਮਾ ਦੇ ਨਾਲ ਜੋੜਿਆ, ਭਗਤੀ ਕਰਨ ਲਾਇਆ। ਧੰਨ ਧੰਨ ਕੁਲ, ਧੰਨ ਧੰਨ ਜਨਨੀ, ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਸਤਿਗੁਰੂ ਜੀ ਨੇ ਨਾਮ ਅਰਾਧਿਆ, ਆਪ ਤਰਿਆ ਜਿਨ੍ਹਾਂ ਡਿੱਠਾ ਤਿੰਨਾਂ ਲਏ ਛਡਾਏ। ਕਬੀਰ ਸਾਹਿਬ ਹੋਇਆਂ ਨੂੰ ਕਾਫੀ ਅਰਸਾ ਹੋ ਗਿਆ ਹੈ। ਆਪਾਂ ਜਦ ਉਹਨਾਂ ਦੇ ਮਾਤਾ ਪਿਤਾ ਨੀਰੂ ਨੀਮਾ ਨੂੰ ਯਾਦ ਕਰਦੇ ਹਾਂ, ਹਾਲਾਂਕਿ ਉਹਨਾਂ ਨੇ ਪਾਲਿਆ ਸੀਗਾ, ਤੋ ਦਿਲ ਨੂੰ ਠੰਡ ਆਉਂਦੀ ਹੈ। ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਦੇ ਮਾਤਾ ਪਿਤਾ ਨੂੰ ਯਾਦ ਕਰਦੇ ਹੈ ਕਿ ਕਿਸ ਤਰ੍ਹਾਂ ਉਹ ਕਾਲੂ ਦੇ ਘਰ ਆਇਆ, ਤ੍ਰਿਪਤਾ ਮਾਤਾ ਦੀ ਭੁੱਖ ਨੂੰ ਭਾਗ ਲਾਏ, ਆਪਾਂ ਕਿਸ ਤਰ੍ਹਾਂ ਖੁਸ਼ ਹੁੰਦੇ ਹੈ, ਦਿਲ ਨੂੰ ਸ਼ਾਂਤੀ ਆਉਂਦੀ ਹੈ। ਇਸੇ ਤਰ੍ਹਾਂ ਧੰਨ ਉਹ ਹੁਕਮ ਸਿੰਘ ਸੀ, ਧੰਨ ਉਹ ਗੁਲਾਬ ਦੇਵੀ ਸੀ, ਜਿਨ੍ਹਾਂ ਦੇ ਘਰ ਵਿੱਚ ਉਹੀ ਸ਼ਬਦ, ਉਹੀ ਨੂਰ ਜੋ ਆ ਜਗਾਤ ਤੋਂ ਦੁਨੀਆਂ ਦੇ ਵਿੱਚ ਤੁਰਿਆ ਆਉਂਦਾ, ਜਿਸ ਨੇ ਸਾਰੀ ਦੁਨੀਆਂ ਦੀ ਰਚਨਾ ਪੈਦਾ ਕੀਤੀ ਹੈ, ਉਹਨਾਂ ਨੂੰ ਮਾਣ ਪ੍ਰਾਪਤ ਹੋਇਆ। ਉਹਦਾ ਨਾਮ ਕਿਰਪਾਲ ਰੱਖਣ ਦਾ, ਕਿਰਪਾਲ ਦਾ ਮਤਲਬ ਹੈ ਕਿਰਪਾ ਕਰਨਾ, ਸੰਤ ਕਿਰਪਾਲ, ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਵੀ ਤਰੈ। ਹਾਂ ਬਈ, ਰੋਜ਼ ਦੀ ਤਰ੍ਹਾਂ ਆਪਣਾ ਅੱਖਾਂ ਬੰਦ ਕਰਕੇ ਸਿਮਰਨ ਸ਼ੁਰੂ ਕਰੋ।